ਸਿੱਖ ਧਰਮ ਦੀ ਹਰ ਗਤੀਵਿਧੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ। ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਪਰਵੇਜ਼ ਮੁਸ਼ਰਫ ਨੂੰ ਸੁਣਾਈ ਗਈ ਫਾਂਸੀ ਦੀ ਸਜ਼ਾ ਤੇ ਉਹਨਾਂ ਦੇ ਜੱਦੀ ਪਿੰਡ ਉਮਰਾ ਵਿਖੇ ਲੋਕਾਂ ਨੇ ਮਨਾਈ ਖੁਸ਼ੀ। ਅੱਜ ਉਸੇ ਟਾਈਮ ਆ ਜਿਹੜੇ ਟਾਈਮ ਤੇ ਨਵਾਬ ਸ਼ਰੀਫ ਦੀ ਮੰਨ ਲਓ ਜੇਤੂ ਹੁੰਦਿਆਂ ਸਾਰ ਅੱਜ ਪਰਵੇਸ਼ ਨੂੰ ਫਾਂਸੀ ਦੀ ਸਜ਼ਾ ਦਿੱਤੀ ਗਈ ਆ ਜੋ ਉੱਥੋਂ ਦੀ ਨਿਆਂਪਾਲਿਕਾ ਵਾ ਮਤਲਬ ਅਦਾਲਤ ਨੇ ਫਾਂਸੀ ਦਿੱਤੀ ਆ ਮਤਲਬ ਇਹ ਟਾਈਮ ਸਾਨੂੰ ਇਸ ਗੱਲ ਤੇ ਗੁਰੂ ਮਹਾਰਾਜ ਤੇ ਵਿਸ਼ਵਾਸ ਵਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰਪਿਆਰੇ ਪਰਵੇਜ਼ ਮੁਸ਼ਰਫ ਜਿਸ ਨੇ ਪਾਕਿਸਤਾਨ ਦੇ ਉੱਤੇ ਅਜਿਹਾ ਸ਼ਾਸਨ ਕੀਤਾ ਅਜਿਹਾ ਰਾਜ ਕੀਤਾ ਕਿ ਆਪਣੀ ਤਾਨਾਸ਼ਾਹੀ ਦੇ ਚਲਦਿਆਂ ਪਤਾ ਨਹੀਂ ਕਿੰਨਿਆਂ ਨੂੰ ਹੋਈ ਉਸ ਨੇ ਆਪਣੇ ਨਿਸ਼ਾਨੇ ਤੇ ਲਿਆ। ਬਨਜੀਰ ਭੁੱਟੋ ਤੋਂ ਲੈ ਕੇ ਹੋਰ ਬਹੁਤ ਸਾਰੇ ਅਜਿਹੇ ਨਾਮ ਨੇ ਜਿਸ ਨੂੰ ਇਸ ਸ਼ਖਸ ਨੇ ਆਪਣਾ ਨਿਸ਼ਾਨਾ ਬਣਾਇਆ ਸੀ, ਮੌਤ ਦੇ ਘਾਟ ਉਤਾਰਿਆ ਸੀ, ਸਿਰਫ ਤੇ ਸਿਰਫ ਪਾਕਿਸਤਾਨ ਦੀ ਸੱਤਾ ਤੇ ਕਾਬਜ਼ ਰਹਿਣ ਦੇ ਚਲਦਿਆਂ। ਪਰ ਹੁਣ ਜਦੋਂ ਪਰਵੇਜ਼ ਮੁਸ਼ਰਫ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ ਹੈ ਤਾਂ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੇ ਪੈਤ੍ਰਿਕ ਪਿੰਡ ਜਾਤੀ ਉਮਰ ਦੇ ਲੋਕਾਂ ਵਿੱਚ ਖੁਸ਼ੀ ਦਾ ਮਾਹੌਲ ਹੈ। ਅੱਜ ਜਦੋਂ ਸਾਡੀ ਟੀਮ ਨੇ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੇ ਜੱਦੀ ਪਿੰਡ ਜਾਤੀ ਉਮਰ ਦਾ ਦੌਰਾ ਕੀਤਾ ਤਾਂ ਲੋਕਾਂ ਦਾ ਨਵਾਜ਼ ਸ਼ਰੀਫ ਦੇ ਪ੍ਰਤੀ ਪਿਆਰ ਵੇਖਣ ਨੂੰ ਮਿਲਿਆ। ਪਿੰਡ ਜਾਤੀ ਉਮਰ ਦੇ ਲੋਕਾਂ ਨੇ ਦੱਸਿਆ ਕਿ ਕੱਲ੍ਹ ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਅਤੇ ਸੈਨਾ ਅਧਿਆਕਸ਼ ਪਰਵੇਜ਼ ਮੁਸ਼ਰਫ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ ਹੈ ਤੇ ਜਦੋਂ ਤੋਂ ਇਹ ਖਬਰ ਉਹਨਾਂ ਦੇ ਕੰਨਾਂ ਵਿੱਚ ਪਈ ਹੈ ਉਹਨਾਂ ਦੇ ਪੂਰੇ ਪਿੰਡ ਵਿੱਚ ਇੱਕ ਖੁਸ਼ੀ ਦੀ ਲਹਿਰ ਹੈ। ਪਿੰਡ ਦੇ ਲੋਕਾਂ ਨੇ ਦੱਸਿਆ ਕਿ ਸੰਨ 2007 ਵਿੱਚ ਜਦ ਪਾਕਿਸਤਾਨ ਵਿਖੇ ਨਵਾਜ਼ ਸ਼ਰੀਫ ਦੀ ਸਰਕਾਰ ਸੀ, ਸਾਬਕਾ ਰਾਸ਼ਟਰਪਤੀ ਪਰਵੇਜ਼ ਮੁਸ਼ਰਫ ਨੇ ਨਵਾਜ਼ ਸ਼ਰੀਫ ਦੀ ਸਰਕਾਰ ਗੇਰ ਕੇ ਐਮਰਜੈਂਸੀ ਲਗਾ ਦਿੱਤੀ ਸੀ। ਉਸ ਸਮੇਂ ਇਸ ਗੁਰਦੁਆਰੇ ਵਿੱਚ ਸਾਰੇ ਹੀ ਪਿੰਡ ਵਾਸੀਆਂ ਨੇ ਅਰਦਾਸ ਕੀਤੀ ਸੀ ਕਿ ਇਸ ਬੁੱਚੜ ਨੂੰ ਜਲਦ ਤੋਂ ਜਲਦ ਸਜ਼ਾ ਪਰਮਾਤਮਾ ਦੇਵੇ। ਖਾਸ ਗੱਲ ਇਹ ਹੈ ਕਿ ਇਹ ਗੁਰਦੁਆਰਾ ਨਵਾਜ਼ ਸ਼ਰੀਫ ਦਾ ਪੈਤ੍ਰਿਕ ਘਰ ਹੈ, ਜੱਦੀ ਘਰ ਹੈ, ਜਿਸ ਨੂੰ ਬਾਅਦ ਵਿੱਚ ਗੁਰਦੁਆਰਾ ਬਣਾ ਦਿੱਤਾ ਗਿਆ। ਪਿੰਡ ਦੇ ਲੋਕਾਂ ਦੀ ਮੰਨੀਏ ਤਾਂ ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਪਰਵੇਜ਼ ਮੁਸ਼ਰਫ ਨੂੰ ਭਾਰਤ ਵਿੱਚ ਕਾਰਗਿਲ ਯੁੱਧ ਦਾ ਖਲਨਾਇਕ ਮੰਨਿਆ ਜਾਂਦਾ ਹੈ, ਪਰ ਲੋਕਾਂ ਨੇ ਕਿਹਾ ਕਿ ਅੱਜ ਵਾਹਿਗੁਰੂ ਨੇ ਉਹਨਾਂ ਦੀ ਅਰਦਾਸ ਸੁਣ ਲਈ ਹੈ ਅਤੇ ਪਰਵੇਜ਼ ਮੁਸ਼ਰਫ ਜਿਹੇ ਘਟੀਆ ਮਾਨਸਿਕਤਾ ਵਾਲੇ ਇਨਸਾਨ ਨੂੰ ਫਾਂਸੀ ਦੀ ਸਜ਼ਾ ਸੁਣਾ ਦਿੱਤੀ ਗਈ ਹੈ, ਕਿਉਂਕਿ ਬੁਰੇ ਕੰਮ ਦਾ ਬੁਰਾ ਹੀ ਨਤੀਜਾ ਹੁੰਦਾ ਹੈ। ਪ੍ਰਧਾਨ ਮੰਤਰੀ ਸੀ ਉਸ ਟਾਈਮ ਨਵਾਬ ਦੇ ਮਤਲਬ ਜਿਹੜਾ ਪ੍ਰਵੇਸ਼ ਸੀ ਇਹਨੇ ਤਖਤਾਂ ਪਲਟ ਕੇ ਮਤਲਬ ਰਾਜ ਤੇ ਆਪ ਕਾਬਜ਼ ਹੋ ਗਏ ਉਹਨਾਂ ਨੂੰ ਜੇਲ ਚ ਸੁੱਟਦਾ, ਕਿਉਂਕਿ ਅਸੀਂ ਇਸੇ ਹੀ ਗੁਰੂ ਘਰ ਉਸ ਟਾਈਮ ਅਰਦਾਸ ਬੇਨਤੀ ਕੀਤੀ ਸੀ ਵੀ ਨਵਾਬ ਸ਼ਰੀਫ ਜਿਹੜਾ ਵਾ ਉੱਥੇ ਗੁਰੂ ਮਹਾਰਾਜ ਕਿਰਪਾ ਕਰੇ ਉਹਨੂੰ ਬਾਈ ਤੇ ਬਰੀ ਕਰੇ। ਚਲੋ ਉਹੀ ਕਿਰਪਾ ਹੋਈ ਆ ਅੱਜ ਉਸੇ ਟਾਈਮ ਆ ਜਿਹੜੇ ਟਾਈਮ ਤੇ ਨਵਾਬ ਸ਼ਰੀਫ ਦੀ ਮਤਲਬ ਜੇਤੂ ਹੁੰਦਿਆਂ ਸਾਰ ਅੱਜ ਪ੍ਰਵੇਸ਼ ਨੂੰ ਫਾਂਸੀ ਦੀ ਸਜ਼ਾ ਦਿੱਤੀ ਗਈ ਆ ਜੋ ਉੱਥੋਂ ਦੀ ਨਿਆਂਪਾਲਿਕਾ ਵਾ ਮਤਲਬ ਅਦਾਲਤ ਨੇ ਫਾਂਸੀ ਦਿੱਤੀ ਆ। ਮਤਲਬ ਇਸ ਟਾਈਮ ਸਾਨੂੰ ਇਸ ਗੱਲ ਤੇ ਗੁਰੂ ਮਹਾਰਾਜ ਤੇ ਵਿਸ਼ਵਾਸ ਵਾ ਕਿ ਜੋ ਉਸਨੇ ਗਲਤ ਕੀਤਾ ਸੀ ਉਸ ਨੂੰ ਅੱਜ ਉਹਦਾ ਹਰਜਾਨਾ ਭੁਗਤਣਾ ਪੈ ਰਿਹਾ। ਦੇਖੋ ਜੀ ਆਪਾਂ ਨਹੀਂ ਗੱਲਬਾਤ ਕੀਤੀ, ਉਹਨਾਂ ਦੱਸਿਆ ਵਾ ਵੀ ਲੋਕਾਂ ਨੇ ਇਸੇ ਤਰ੍ਹਾਂ ਹੋਰ ਵੀ ਲੋਕ ਹੈਗੇ ਆ ਇਸੇ ਤਰ੍ਹਾਂ ਉਹਨਾਂ ਨਾਲ ਵੀ ਆਪਾਂ ਗੱਲ ਬਾਈ ਇਸ ਤਰ੍ਹਾਂ ਕੀ ਮਹਿਸੂਸ ਕਰ ਰਹੇ ਨੇ ਜਦੋਂ ਫਾਂਸੀ ਦੀ ਸਜ਼ਾ ਹੋਈ? ਦੇਖੋ ਜੋ ਪ੍ਰਵੇਸ਼ ਸਾਹਿਬ ਨੂੰ ਫਾਂਸੀ ਦੀ ਸਜ਼ਾ ਹੋਈ ਆ ਉਹਨੇ ਕੁਛ ਸਮਾਂ ਪਹਿਲਾਂ ਇਹੋ ਇਲਜ਼ਾਮ ਉਹਨੇ ਨਵਾਜ਼ ਸ਼ਰੀਫ 'ਤੇ ਲਾਏ ਸੀਗੇ, ਉਹਦਾ ਤਖਤਾ ਪਲਟਿਆ ਸੀਗਾ, ਬਹੁਤ ਜ਼ਿਆਦਾ ਗਲਤ ਕੰਮ ਕੀਤੇ ਸੀਗੇ ਪ੍ਰਵੇਸ਼ ਮੁਸ਼ਰਫ ਨੇ, ਅੱਜ ਉਹਨਾਂ ਦੇ ਦੋਸ਼ਾਂ ਦਾ ਉਹ ਆਪ ਸਾਹਮਣਾ ਕਰ ਰਿਹਾ ਵਾ ਅਤੇ ਉਹਨੂੰ ਫਾਂਸੀ ਦੀ ਸਜ਼ਾ ਹੋਈ ਆ।
ਤੇ ਅਸੀਂ ਦੇ ਪਿੰਡ ਤਰਫੋਂ ਅਸੀਂ ਉਹਨਾਂ ਦੇ ਘਰ ਦੇ ਵਿੱਚ ਖਲੋਤੇ ਹਾਂ ਜਿੱਥੇ ਨਵਾਬ ਸਿੰਘ ਦਾ ਪਿਤਾ ਪੁੱਤੀ ਪਿੰਡ ਆ। ਜਦੋਂ ਉਹਨਾਂ ਦੇ ਧੀਰ ਬਣ ਗਏ ਸੀ ਇੱਥੇ ਅਰਦਾਸ ਬੇਨਤੀ ਕਰਦੇ ਸਾਰਾ ਪਿੰਡ ਇਕੱਠਾ ਹੋ ਗਏ। ਅੱਜ ਵੀ ਪਰਮਾਤਮਾ ਦਾ ਸ਼ੁਕਰ ਗੁਜ਼ਾਰ ਹੈਗਾ ਕਿ ਜਿਸ ਤਰ੍ਹਾਂ ਪ੍ਰਵੇਮ ਸਿੰਘ ਨੂੰ ਜਿਹੋ ਜਿਹਾ ਬੀਜਿਆ ਵਾ ਉਹੋ ਜਿਹਾ ਵੱਢਣ ਡਿਆ ਵਾ। ਬਹੁਤ ਜ਼ਿਆਦਾ ਨੇ ਪਹਿਲਾਂ ਦੇ ਦੋਵਾਂ ਮੁਲਕਾਂ ਦੇ ਵਿੱਚ ਕਾਰਗਿਲ ਦੀ ਜੰਗ ਥੋਪੀ, ਦੋਵੇਂ ਮੁਲਕ ਸ਼ਾਂਤੀ ਵੱਲ ਵੱਧ ਰਹੇ ਸੀ ਅਤੇ ਪ੍ਰਵੇਮ ਸਰਫ ਦੀ ਮਾੜੀ ਨੀਤੀ ਦੇ ਨਾਲ ਦੋਨਾਂ ਮੁਲਕਾਂ ਵਿੱਚ ਕਾਰਗਿਲ ਦੀ ਜੰਗ ਹੋਈ। ਉਸ ਤੋਂ ਬਾਅਦ ਬੜਾ ਕੋਸ਼ਿਸ਼ ਕੀਤੀ ਹੈ ਇੰਡੀਆ ਨੇ ਵੀ ਅਤੇ ਨਵਾਜ਼ ਸ਼ਰੀਫ ਨੇ, ਪਰ ਇਹਦੀ ਮਾੜੀਆਂ ਨੀਤੀਆਂ ਕਰਕੇ ਦੋਵੇਂ ਮੁਲਕ ਨੇੜੇ ਨਹੀਂ ਆ ਰਹੇ, ਜਿਹੜੇ ਅੱਜ ਅਸੀਂ ਸਰਹੱਦਾਂ ਦੇ ਉੱਤੇ ਆਪਣੇ ਦੋਨੋਂ ਪਾਸੇ ਫੌਜੀਆਂ ਦਾ ਨੁਕਸਾਨ ਹੋ ਕੇ ਉਹਦਾ ਖਮਿਆਜ਼ਾ ਭੁਗਤ ਰਹੇ ਹਾਂ। ਅਤੇ ਜਿਹੜੇ ਦੋਸ਼ ਪ੍ਰਵੇਮ ਸਰਫ ਨੇ ਉਦੋਂ ਮੀਆਂ ਨਵਾਜ਼ ਸ਼ਰੀਫ ਦਾ ਤਖ਼ਤਾ ਪਲਟਿਆ ਸੀ, ਦੇਸ਼ ਧਰੋਹ ਦੇ ਲਾਏ ਸੀਗੇ ਦੋਸ਼, ਉਹ ਦੋਸ਼ਾਂ ਦਾ ਹੁਣ ਸਾਹਮਣਾ ਆਪ ਕਰ ਰਿਹਾ ਵਾ। ਅਸੀਂ ਤਾਂ ਇਹੀ ਕਹਿੰਦੇ ਹਾਂ ਪਰਮਾਤਮਾ ਦੇ ਘਰ ਦੇਰ ਹੋ ਸਕਦੀ ਆ, ਅੰਧੇਰ ਨਹੀਂ ਹੋ ਸਕਦਾ। ਅੱਜ ਨਵਾਜ਼ ਸ਼ਰੀਫ ਨੂੰ ਸਮਝੋ ਸਾਨੂੰ ਵੀ ਇਨਸਾਫ਼ ਮਿਲ ਗਿਆ, ਜਦੋਂ ਕਿ ਉਹਦੇ ਵਿਰੋਧੀ ਨੂੰ ਇਹ ਸਜ਼ਾ ਹੋ ਗਈ ਆ ਅਤੇ ਸਾਨੂੰ ਬੜੀ ਖੁਸ਼ੀ ਆ। ਇਸੇ ਕੋਖੋ ਅਸੀਂ ਇਸੇ ਤਰ੍ਹਾਂ ਪਿੰਡ ਦੇ ਲੋਕਾਂ ਨਾਲ ਗੱਲਬਾਤ ਕੀਤੀ ਔਰ ਪਿੰਡ ਦੇ ਲੋਕਾਂ ਨੇ ਸਾਨੂੰ ਦੱਸਿਆ ਵੀ ਜਿਹੜੀ ਪ੍ਰਵੇਸ਼ ਸ਼ਰੀਫ ਨੂੰ ਜਿਹੜੀ ਸਜ਼ਾ ਹੋਈ ਆ ਫਾਂਸੀ ਦੀ, ਉਹਦੇ ਨਾਲ ਸਾਨੂੰ ਖੁਸ਼ੀ ਦੀ ਲਹਿਰ ਆ, ਔਰ ਜਿਹੜਾ ਜੋ ਉਹਨੇ ਬੀਜਿਆ ਸੀ ਉਸੇ ਦਾ ਖਣਵਾਜਾ ਜਿਹੜਾ ਭੁਗਤਣਾ ਪੈ ਰਿਹਾ। ਇਸੇ ਤਰ੍ਹਾਂ ਅਸੀਂ ਹੋਰ ਵੀ ਗੱਲਬਾਤ ਕਰਾਂਗੇ ਹਾਂ ਵੀ ਕੀ ਕਹਿੰਦਾ ਭਾਈ, ਕੀ ਕਹਿਣਾ ਚਾਹੋਗੇ? ਨਵਾਜ਼ ਸ਼ਰੀਫ ਨੂੰ ਪਹਿਲਾਂ ਉਹਨਾਂ ਨੇ ਸਜ਼ਾ ਦਿਲਵਾਈ ਸੀਗੀ, ਉੱਦਾਂ ਹੀ ਅੱਜ ਟਾਈਮ ਫਿਰ ਉਹੀ ਆ ਗਿਆ ਅਤੇ ਅੱਜ ਪ੍ਰਵੇਸ਼ ਮੁਸ਼ਰਫ ਨੂੰ ਉਹਨਾਂ ਦਾ ਜੋ ਵੀ ਉਹਨਾਂ ਪਹਿਲਾਂ ਕੀਤਾ ਉਹਦੀ ਸਜ਼ਾ ਮਿਲੀ ਹੈ। ਅਤੇ ਸਾਨੂੰ ਤਾਂ ਲੱਗਦਾ ਕਿ ਇੱਕ ਬੜਾ ਪੋਜ਼ਿਟਿਵ ਵੇ ਆ, ਇਹ ਬੜੇ ਵਧੀਆ ਹੋਇਆ ਹੈ। ਬਾਕੀ ਨਵਾਜ਼ ਸ਼ਰੀਫ ਅਤੇ ਰੱਬ ਜਿਹੜਾ ਵਾ ਮਿਹਰ ਕਰੇ, ਅਸੀਂ ਇਹੋ ਅਰਦਾਸ ਕਰਦੇ। ਗੁਰਪਿਆਰੇ, ਪਰਵੇਜ਼ ਮੁਸ਼ਰਫ ਉਹ ਨਾਮ ਹੈ ਜਿਸ ਨੇ ਇਹ ਸੋਚਿਆ ਸੀ ਕਿ ਉਹ ਭਾਰਤ ਤੇ ਪਾਕਿਸਤਾਨ ਦੇ ਵਿੱਚ ਤਲਖੀ ਵਧਾ ਕੇ ਹਮੇਸ਼ਾ ਲਈ ਪਾਕਿਸਤਾਨ ਦੇ ਉੱਤੇ ਕਾਬਜ਼ ਹੋ ਜਾਵੇਗਾ, ਪਰ ਉਸ ਨੂੰ ਇਹ ਨਹੀਂ ਸੀ ਪਤਾ ਕਿ ਵਿਦੇਸ਼ ਤੋਂ ਪਾਕਿਸਤਾਨ ਆਉਣਾ ਉਸ ਨੂੰ ਕਿੰਨਾ ਕੀ ਮਹਿੰਗਾ ਪਵੇਗਾ। ਸ਼ਾਇਦ ਪਰਵੇਜ਼ ਮੁਸ਼ਰਫ ਦੀ ਜ਼ਿੰਦਗੀ ਦੀ ਇਹ ਸਭ ਤੋਂ ਵੱਡੀ ਗਲਤੀ ਸੀ ਜਦੋਂ ਉਹ ਵਿਦੇਸ਼ ਤੋਂ ਮੁੜ ਪਾਕਿਸਤਾਨ ਆਇਆ ਤੇ ਉਸ ਤੋਂ ਬਾਅਦ ਕਦੇ ਪਾਕਿਸਤਾਨ ਤੋਂ ਬਾਹਰ ਜਾਣ ਜੋਗਾ ਹੀ ਨਹੀਂ ਰਿਹਾ। ਤੇ ਹੁਣ ਵੇਖਣਾ ਇਹ ਹੋਵੇਗਾ ਕਿ ਕਦੋਂ ਇਸ ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਨੂੰ ਫਾਹੇ ਤੇ ਲਟਕਾਇਆ ਜਾਂਦਾ ਹੈ। ਤੁਸੀਂ ਸਭ ਇਸ ਮਸਲੇ ਤੇ ਕੀ ਸੋਚਦੇ ਹੋ? ਆਪਣੇ ਵਿਚਾਰ ਨੀਚੇ ਕਮੈਂਟਸ ਦੇ ਵਿੱਚ ਜ਼ਰੂਰ ਦੇਣਾ। ਵੀਡੀਓ ਚੰਗੀ ਲੱਗੀ ਹੋਵੇ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਨਾ। ਗੁਰਬਾਣੀ ਅਖੰਡ ਬਾਣੀ ਵਾਸਤੇ ਜੰਡਿਆਲਾ ਗੁਰੂ ਤੋਂ ਅਸ਼ਨੀ ਸ਼ਰਮਾ ਦੀ ਰਿਪੋਰਟ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਧਰਮ ਦੀ ਹਰ ਗਤੀਵਿਧੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ, ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ।